ਹੋਣਗੇ ਕੋਈ ਪ੍ਰੋਬਲਮ ਹੈ ਨਹੀਂਗੀ ਪਰ ਖਾਲਿਸਤਾਨੀ ਜਿਹੜੇ ਲੋਕ ਨੇ ਜਿਹੜੇ ਖਾਲਿਸਤਾਨ ਦੇਸ਼ ਨੂੰ ਹਾਂਜੀ ਉਹਨਾਂ ਨੂੰ ਇਹ ਚੰਦ ਬੰਦੇ ਨੂੰ ਕਹਿਣਾ ਕੀ ਚਾਹੁੰਦੇ ਤੁਸੀਂ ਦੇਖੋ ਅਸੀਂ ਉਹ ਕਾਲਾ ਦੌਰ ਦੇਖਿਆ ਸਨ 84 ਵਾਲਾ 1984 ਤੋਂ ਜੇ ਗੱਲ ਕਰੀਏ 1984 ਦਾ ਹੀ ਕਾਲ ਜੇ ਉਸ ਦੌਰ ਦੀ ਗੱਲ ਕਰੀਏ ਨਾ ਹਾਂ ਜਿਹੜੇ ਮਿਲਜੀਤ ਸਾਹਿਬ ਮਾਂ ਪਿਓ ਦੇ ਜਵਾਨ ਬੱਚੇ ਉਸ ਟਾਈਮ ਤੇ ਚਲੇ ਗਏ ਜੀ ਚਾਹੇ ਉਹ ਹਿੰਦੂ ਦਾ ਸੀ ਤੇ ਚਾਹੇ ਉਹ ਸਿੱਖ ਦਾ ਸੀ ਜੀ ਉਹ ਅੱਜ ਤੱਕ ਉਸ ਦੌਰ ਨੂੰ ਭੁੱਲ ਨਹੀਂ ਸਕੇ ਜੀ ਇਹ ਪੰਜਾਬ ਦਾ ਮਾਹੌਲ ਜਿਹੜੇ ਪੰਜਾਬੀ ਆ ਇਹ ਨਹੀਂ ਚਾਹੁੰਦੇ ਮੇਰੀ ਮਾਰਕੀਟ ਦੇ ਵਿੱਚ ਸ਼ੋਪ ਹੈਗੀ ਰੈਡੀਮੇਡ ਦੀ ਜੀ ਮੇਰੇ ਨਾਲ ਹੀ ਸਿੱਖ ਧਰਮ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੀ ਸ਼ੋਪ ਹੈ ਸਾਡਾ ਇੱਕ ਦੋਵਾਂ ਦਾ ਆਪਸ ਦੇ ਬਹੁਤ ਪਿਆਰ ਹੈ ਨੌ ਮਾਸ ਦਾ ਰਿਸ਼ਤਾ ਹੈ ਮੈਂ ਕਹਿੰਦਾ ਜੀ ਨੌ ਮਾਸ ਦਾ ਰਿਸ਼ਤਾ ਲੱਗੂ ਮੇਰੇ ਉੱਪਰ ਮਸਜਿਦ ਹੈ ਥੱਲੇ ਮੇਰੀ ਸ਼ੋਪ ਹੈ ਹੋਰ ਹਿੰਦੂ ਤੇ ਦੱਸੋਗੀ ਇਹ ਮੇਰੀ ਸ਼ੋਪ ਦੇ ਉੱਪਰ ਮਸਜਿਦ ਹੈ ਬਾਜ਼ਾਰ ਗੋਸ਼ਾਲਾ ਰੋਡ ਤੇ ਬੜੀ ਮਸਜਿਦ ਹੈ ਉੱਪਰ ਮਸਜਿਦ ਹੈ ਨੀਚੇ ਸ਼ੋਪ ਹੈ ਮੇਰੀ ਅਸੀਂ ਸਾਰੇ ਇਕੱਠੇ ਰਹਿ ਰਹੇ ਹਾਂ ਲੇਕਿਨ ਜੇ ਕੋਈ ਸ਼ਰਾਰਤੀ ਸ਼ਰਾਰਤ ਕਰਦਾ ਤੇ ਨਹੀਂ ਉਹਨੂੰ ਕਰਨੀ ਚਾਹੀਦੀ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੀਦਾ ਬੜੀ ਮੁਸ਼ਕਲ ਨਾਲ ਹੀ ਸੰਭਲੇ ਆ ਹਜੇ ਹੁਣ ਮੇਰੇ ਖੁਦ ਤਾਇਆ ਜੀ ਸਰਦਾਰ ਨੇ ਦੱਸੋ ਸਾਨੂੰ ਕਿੱਥੇ ਲਿਆਉਂਗੇ ਫਿਰ ਸੋ ਇੱਕ ਸੋਚਣ ਤੇ ਸਮਝਣ ਵਾਲੀ ਗੱਲ ਹੈ ਇਹ ਲੋਕ ਜਿਹੜੇ ਨੇ ਮੁੱਠੀ ਭਰ ਲੋਕ ਜਿਹੜੇ ਨੇ ਬਾਹਰ ਬੈਠੇ ਨੇ ਮੇਰੀ ਉਹਨਾਂ ਨੂੰ ਵੀ ਸਖ਼ਤ ਤਾੜਨਾ ਆ ਇਸ ਜ਼ਰੀਏ ਇਸ ਟੈਲੀਵਿਜ਼ਨ ਦੇ ਜ਼ਰੀਏ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਜਿਹੜੇ ਬੱਚੇ ਪੰਜਾਬ ਤੋਂ ਗਏ ਨੇ ਉਹਨਾਂ ਨੂੰ ਵੀ ਤੁਸੀਂ ਇੱਕ ਬੇਨਤੀ ਕਰੋ ਕਿ ਤੁਸੀਂ ਇੱਕ ਇਮੀਗ੍ਰੇਸ਼ਨ ਲੈਣ ਦੀ ਖਾਤਰ ਦੇਸ਼ ਨੂੰ ਬਦਨਾਮ ਨਾ ਕਰੋ ਔਰ ਪੰਜਾਬ ਪੁਲਿਸ ਨੂੰ ਬਦਨਾਮ ਨਾ ਕਰੋ ਇਹ ਬੱਚੇ ਜਾ ਕੇ ਪੜ੍ਹਾਈ ਕਰਨ ਦੀ ਬਜਾਏ ਉੱਥੇ ਇਹ ਅਪਲਾਈ ਕਰਦੇ ਨੇ ਕਿ ਸਾਨੂੰ ਦੇਸ਼ ਦੇ ਵਿੱਚ ਖਤਰਾ ਆ ਪੜ੍ਹ ਗਏ ਨੇ ਔਰ ਉੱਥੇ ਜਾ ਕੇ ਰਿਫਿਊਜੀ ਅਪਲਾਈ ਕਰਦੇ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਤੋਂ ਡਰ ਹੈ ਤਾਂ ਸਾਡੀ ਜ਼ਿੰਦਗੀ ਦੇ ਵਾਸਤੇ ਖਤਰਾ ਆ ਤਾਂ ਅਸੀਂ ਆਪਣੀ ਜ਼ਿੰਦਗੀ ਗੁਆ ਬੈਠਾਂਗੇ ਜੇ ਸਾਨੂੰ ਤੁਸੀਂ ਇਮੀਗ੍ਰੇਸ਼ਨ ਨਾ ਦਿਓਗੇ ਤਾਂ ਇੱਕ ਬਹੁਤ ਵੱਡਾ ਕਲੰਕ ਹੈ ਪੰਜਾਬ ਪੁਲਿਸ ਤੇ ਲਾ ਰਹੇ ਨੇ ਦੋਸ਼ ਲਾ ਰਹੇ ਨੇ ਐਲੀਗੇਸ਼ਨ ਲਾ ਰਹੇ ਨੇ ਜਿਹੜੇ ਸਾਡੇ ਲਈ ਅਫਸੋਸ ਵਾਲੀ ਗੱਲ ਹੈ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਭਾਈ ਕਿ ਤੁਸੀਂ ਇੱਥੋਂ ਗਏ ਹੋ ਔਰ ਤੁਹਾਨੂੰ ਜਾਂਦੇ ਨੂੰ ਖਤਰਾ ਹੋ ਗਿਆ ਸਟੱਡੀ ਬੇਸ ਤੇ ਜਾਣਾ ਬਹੁਤ ਅੱਛੀ ਗੱਲ ਹੈ ਜਾਂਦੇ ਆ ਬੱਚੇ ਉੱਥੇ ਮੇਰਾ ਬੇਟਾ ਖੁਦ ਗਿਆ ਹੋਇਆ ਮੈਂ ਵੀ ਜਾ ਕੇ ਆਇਆ 2 ਮਹੀਨੇ ਪਹਿਲੇ ਮੈਂ ਵੀ ਕੈਨੇਡਾ ਤੋਂ ਵਾਪਸ ਆਇਆ ਹੁਣ ਮੇਰਾ ਸੁਪਰ ਵੀਜ਼ਾ ਲੱਗਾ ਹੋਇਆ ਹੈ ਮੈਂ 2.5 ਮਹੀਨੇ ਲਗਾ ਕੇ ਆਇਆ ਉਹ ਇਟੋਬੀਕੋ ਰਹਿ ਰਿਹਾ ਠੀਕ ਹੈ ਜੀ ਉਹ ਪੜ੍ਹਾਈ ਕੀਤੀ ਉਹਨੇ ਪੜ੍ਹਾਈ ਕਰਨ ਤੋਂ ਬਾਅਦ ਪ੍ਰੋਸੈਸ ਦੇ ਮੁਤਾਬਕ PR ਲਈ ਉਹਨੇ ਜੀ ਪ੍ਰੋਸੈਸ ਦੇ ਨਾਲ ਹੀ ਹੁਣ ਸਿਟੀਜ਼ਨਸ਼ਿਪ ਮਿਲ ਜਾਣੀ ਜੇ ਲੈਣੀ ਚਾਹੇ ਤੇ ਠੀਕ ਹੈ ਤੇ ਕਿਉਂ ਆਪਾਂ ਦੂਜੇ ਰਸਤੇ ਤੁਰਾਂਗੇ ਇਹਨੂੰ PR ਨੂੰ ਜਾਂ ਦੂਜੇ ਚੀਜ਼ ਨੂੰ ਲੈਣ ਲਈ ਜਦ ਆਪਾਂ ਚਲੇ ਗਏ ਉੱਥੇ ਪੜ੍ਹਾਈ ਦੇ ਵਿੱਚ ਚਲੇ ਗਏ ਪੜ੍ਹੋ ਪੜ੍ਹਾਈ ਕਰਕੇ ਆਪਣੇ ਦੇਸ਼ ਦੀ ਸੇਵਾ ਕਰੋ ਆ ਕੇ ਬਹੁਤੀ ਗੱਲ ਹੈ ਇੱਥੇ ਕਿਹੜਾ ਬਿਜ਼ਨਸ ਹੈ ਨੀ ਤੁਸੀਂ ਇਹ ਸਟੂਡੈਂਟਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ ਪੜ੍ਹ ਭੇਜੇ ਪੜ੍ਹਾਈ ਕਰਕੇ ਤੁਸੀਂ ਇਮੀਗ੍ਰੇਸ਼ਨ ਲਾਓ ਨਾ ਕਿ ਦੇਸ਼ ਨੂੰ ਬਦਲਾਓ ਪ੍ਰੋਸੈਸ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਲਾਅ ਦੇ ਵਿੱਚ ਹੀ ਰਹਿ ਕੇ ਕਰੋ ਤਾਂ ਕਿ ਆਪਾਂ ਮੇਰਾ ਬੇਟਾ ਗਿਆ ਪੜ੍ਹਾਈ ਕੀਤੀ ਹੈ ਪੜ੍ਹਾਈ ਕਰਨ ਤੋਂ ਬਾਅਦ ਉਹਨੇ ਆਪਣੀ ਵਰਕ ਪਰਮਿਟ ਲਿਆ ਆ ਉਸ ਤੋਂ ਬਾਅਦ ਉਹਨੂੰ PR ਮਿਲੀ ਹੈ ਪ੍ਰੋਸੈਸ ਦੇ ਨਾਲ ਚੱਲ ਰਿਹਾ ਜਿਹੜਾ ਅੱਜ ਕਹਿੰਦੇ ਹੁੰਦੇ ਛੇਤੀ ਧੋਣ ਨਾਲ ਘੋੜਾ ਛੇਤੀ ਥੱਕ ਜਾਂਦਾ ਜੇ ਆਪਾਂ ਕਹੀਏ ਕਿ ਪੜ੍ਹਾਈ ਨਾ ਕਰੀਏ ਸਿੱਧੀ ਆਪਾਂ PR ਲੈ ਲਈਏ ਉਹ ਤਾਂ ਫਿਰ ਰਸਤਾ ਗਲਤ ਹੀ ਹੈ ਨਾ ਫਿਰ ਸੋ ਪੜ੍ਹਾਈ ਦੇ ਵਾਸਤੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਨੇ ਕਹਿਣ ਦਾ ਭਾਵ ਹੈ ਕਿ ਪੜ੍ਹਨ ਗਏ ਬੱਚਿਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਫਿਰ ਇਮੀਗ੍ਰੇਸ਼ਨ ਪ੍ਰੋਸੈਸ ਨਹੀਂ ਲੈਣੀ ਚਾਹੀਦੀ ਤਾਂ ਕਿ ਇਮੀਗ੍ਰੇਸ਼ਨ ਲੈਣ ਦੀ ਖਾਤਰ ਰਿਫਿਊਜੀ ਪੜ੍ਹਾਈ ਕਰਨਾ ਚਾਹੀਦਾ ਕਿ ਸਾਨੂੰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਤੋਂ ਡਰ ਹੈ ਤੇ ਪੰਜਾਬ ਪੁਲਿਸ ਜਿਹੜੀ ਸਾਡੀ ਜਾਨ ਦਾ ਖਤਰਾ ਹੈ ਤਾਂ ਸਾਨੂੰ ਸਾਡੀ ਜਾਨ ਦੀ ਰਖਵਾਲੀ ਵਾਸਤੇ ਇੱਥੇ ਤੁਹਾਨੂੰ ਸਟੇਜ ਦੇਣੀ ਚਾਹੀਦੀ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਹੈ ਤੇ ਵੱਖ ਵੱਖ ਅਸੀਂ ਵਰਗ ਦੇ ਲੋਕਾਂ ਨੇ ਗੱਲਬਾਤ ਕੀਤੀ ਬੜੀ ਮਿਹਰਬਾਨੀ ਔਰ ਇਹ ਸੀ ਸਾਡਾ ਸੈਗਮੈਂਟ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸਿਟੀ ਪਵਾੜਾ ਦੇ ਪਿੰਡ ਛੋਟਾ ਜਿਹਾ ਹੈ ਔਰ ਉੱਥੋਂ ਅਸੀਂ ਇਹ ਗੱਲਬਾਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਬੜੀ ਮਿਹਰਬਾਨੀ ਔਰ ਇਸ ਤਰ੍ਹਾਂ ਸਾਡਾ ਹਿੰਦੁਸਤਾਨ ਭਾਰਤ ਜਿਹੜਾ ਹੈ ਬਸਤਾ ਰਹੇ ਔਰ ਹਿੰਦੁਸਤਾਨ ਭਾਰਤ ਜਿੰਦਾਬਾਦ ਜਿੰਦਾਬਾਦ।